सुनते आए हाँ कि पंजाबी जंगाड़ी हुंदे ने, लोक जंगाड़ ला के अपने कई बारी सही काम कर लैंदे ने, पर जिहड़े आ जंगाड़ लाया किसी ने यह देख के तुहाडियां अखां भी नम होणगियां, तुहानूं गुस्सा भी आऊगा लोकां दी मानसिकता ते, लोकां दी सोच ते, कि अजिही गंदी सोच कि किवें जिहड़ा अपना अनभगत हुंदा है पुत्तां वांगू पाली ही फसल उन्हों साड़न वास्ते कोई इन्ना साड़ा भी कर सकता कि किसी की फसल मचाउण दी भी कोई स्कीम ला सकता। तुहानूं वीडियो दिखा रही नाभे कोल दे पिंड दी, ये वीडियो है कि किवें किसी ने फसल दे विच नाल थोड़े फर्क नाल मशीन चल रही है कि किवें किसी ने एक आ स्कीम लाई हुई है, आ तुसीं तुहानूं वीडियो दिखा रहे हैं जी। हाँ जी वीरे सत श्री अकाल जी सारयां नूं, आ देखो मशीन चल रही है, आ वीर मशीन वाला ਪਰਾਂ ਉੱਥੇ ਮਸ਼ੀਨ ਕੋਲ ਟਰੈਕਟਰ ਦੇ ਦਾਣੇ ਪਾ ਰਿਹਾ ਤੇ ਚਾਹ ਪੀ ਰਿਹਾ ਸੀ, ਇਹਨੇ ਆਵਾਜ਼ ਮਾਰੀ ਆ ਮੈਨੂੰ ਇੱਥੇ, ਕਹਿੰਦਾ ਵੀਰੇ ਉਰਾਂ ਤੈਨੂੰ ਚੀਜ਼ ਦਿਖਾਵਾਂ ਇੱਕ, ਤੁਸੀਂ ਹੁਣ ਆਹ ਦੇਖ ਲਓ ਆਪ ਹੀ ਕੀ ਹੈ, ਇਹ ਥੱਲੇ ਰੱਖਿਆ ਸੁੱਕਾ ਕਾਗਜ਼ ਹਲੇ ਖੋਲਿਆ ਨਹੀਂ ਅਸੀਂ, ਆਹ ਦੇਖ ਲਓ ਸੁੱਕਾ ਕਾਗਜ਼ ਹੈ, ਉੱਤੋਂ ਸੂਰਜ ਦੀ ਰੋਸ਼ਨੀ ਪੈ ਰਹੀ, ਆਹ ਦੇਖ ਲਓ ਥੱਲੇ ਅੱਗ ਲੱਗੇ, ਤੁਸੀਂ ਆਪ ਸਮਝਦਾਰ ਹੋ, ਆਹ ਦੇਖ ਲਓ, ਆਹ ਦੇਖ ਲਓ ਇਹ ਪਤਾ ਨਹੀਂ ਕਿਹਦੀ ਮਿਹਰਬਾਨੀ ਹੈ, ਠੀਕ ਹੈ ਜੀ, ਤੁਸੀਂ ਆਪ ਸੋਚ ਲਓ ਹੁਣ ਉੱਤੋਂ ਸੂਰਜ ਦੀ ਰੋਸ਼ਨੀ ਨਾਲ ਥੱਲੇ ਅੱਗ ਲੱਗੂਗੀ, ਇਹ ਪਤਾ ਨਹੀਂ ਕਿਹੜੇ ਸੱਜਣ ਨੇ ਕਦੋਂ ਕੀ ਸਿਸਟਮ ਲਾਇਆ, ਠੀਕ ਹੈ ਜੀ, ਹੁਣ ਰੱਬ ਜਾਣਦਾ ਹੈ, ਠੀਕ ਹੈ ਜੀ, ਕੌਲ ਪਿੰਡ ਹੈ ਨੀਅਰ ਨਾਭਾ ਜ਼ਿਲ੍ਹਾ ਪਟਿਆਲਾ ਜੀ, ਠੀਕ ਹੈ ਜੀ, ਵੀਰਾਂ ਨੂੰ ਇੱਕ ਬੇਨਤੀ ਹੈ ਵੀ ਇਹੋ ਜਿਹੇ ਕੰਮ ਨਾ ਕਰਿਆ ਕਰੋ, ਕਿਸਾਨ ਬਹੁਤ ਔਖਾ ਟਾਈਮ ਪਾਸ ਕਰਦੇ ਨੇ, ਤੁਸੀਂ ਹੋਰ ਵੀ ਦੇਖ ਲਓ ਥੱਲੇ ਕਣਕ ਹੈ ਜੀ, ਮਸ਼ੀਨ ਚੱਲ ਰਹੀ ਹੈ ਅਤੇ ਥੱਲੇ ਕਿਸੇ ਨੇ ਸੁੱਕੀ ਤੂੜੀ ਲਿਆ ਕੇ ਰੱਖੀ ਹੋਈ, ਆਹ ਦੇਖ ਲਓ ਤੂੜੀ ਉੱਤੇ ਆਹ ਲੱਗਾ ਹੋਇਆ ਜਿਹਦੇ ਨਾਲ ਅੱਖਰ ਨਹੀਂ ਮੋਟੇ ਦੇਖਦੇ ਆਪਾਂ, ਮਾਈਕਰੋ ਕਿਹਨੂੰ ਹੁੰਦੇ ਨੇ, ਆਹ ਥੱਲੇ ਉਹ ਪੈ ਰਹੀ ਆ ਸਿੱਧੀ ਉਹ ਵੀ ਅੱਗ ਲੱਗ ਗਏ, ਭਰਾਵੋ ਮਾੜਾ ਜਿਹਾ ਧਿਆਨ ਨਾਲ, ਠੀਕ ਹੈ ਜੀ, ਐਵੇਂ ਕਰਿਆ ਕੁਛ ਨਹੀਂ ਬਣਦਾ ਹੁੰਦਾ, ਜੇ ਆਪਾਂ ਇਹੋ ਜਿਹੇ ਕੰਮ ਕਰਾਂਗੇ ਫਸਲ ਸਾੜਾਂਗੇ ਕਿਸੇ ਦੀ, ਠੀਕ ਹੈ ਜੀ, ਅਤੇ ਰੱਬ ਸਭ ਕੁਝ ਦੇਖਦਾ, ਮਾੜਾ ਧਿਆਨ ਨਾਲ ਵੀਰੋ, ਠੀਕ ਹੈ ਜੀ।